ਕੋਈ ਵੀ ਕਲਾਕਾਰ ਪਹੁੰਚਿਆ ਨਹੀਂ ਜਿਹੜੇ ਗੱਲਾਂ ਕਰਦੇ ਸੀ ਸਿੱਧੂ ਤੇਰੀ ਸੋਚ ਤੇ ਪਹਿਰਾ ਦੇਆਂਗੇ ਠੋਕੇ ਕਿੱਧਰ ਗਏ ਉਹ ਇਹਨਾਂ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਹੈਗੀਆਂ ਜਿਹੜੇ ਇੱਥੇ ਗੱਡੀਆਂ ਲੈ ਲੈ ਕੇ ਆਉਂਦੇ ਸੀ ਸਿਰਫ ਇੱਕ ਆਏ ਆਉਂਦੇ ਸੀਗੇ ਵੀ ਲੋਕ ਸਾਨੂੰ ਗਾਲਾਂ ਕੱਢਣਗੇ ਛੱਤਰ ਮਾਰਨਗੇ ਸਾਡੇ ਜਿਨ੍ਹਾਂ ਨੂੰ ਚਲਾਇਆਗਾ ਬਿਲਕੁਲ ਜਿਹੜੇ ਉਹਦੇ ਆ ਕੇ ਐ ਬਾਈ ਜੀ ਬਾਈ ਜੀ ਕਹਿੰਦੇ ਸੀਗੇ ਆ ਜੋ ਵੀ ਦਿਖੇ ਨਹੀਂ ਲਾਕੇ ਮਾਨ ਸਜਲੇ ਦੀ ਗਾਇਕ ਨਹੀਂ ਲੱਭੇ ਹੈਗੇ ਆਏ ਫਿਰ ਕਿੰਨਾ ਕੁ ਚਿਰ ਡਰ ਕੇ ਟਾਈਮ ਲੰਘ ਜੂਗਾ ਫਿਰ ਗਾਇਕੀਆਂ ਛੱਡ ਜਾਣਾ ਉਹਦੀਆਂ ਘਰੇ ਬਹਿ ਜਾਣ ਹੋਰ ਕੰਮ ਕਰ ਲੈਣਾ ਆਬਦਾ ਉਹ ਲੱਗਦਾ ਭਰਾ ਬਾਹਮਾ ਹੁੰਦੀਆਂ ਨੇ ਹਨਾ ਪਰ ਕਿਹੜੀਆਂ ਬਾਹਮਾ ਬਾਈ ਅੱਜ ਅੱਜ ਜਿਵੇਂ ਅੱਜ ਬਹੁਤ ਵੱਡੀ ਨਮੋਸ਼ੀ ਅਸੀਂ ਮਹਿਸੂਸ ਕੀਤਾ ਤੁਸੀਂ ਵੀ ਕੀਤੀ ਹੋਣੀ ਉਹ ਤਾਂ ਇੱਕ ਕੋਈ ਐਸੀ ਰੂਹ ਆਈ ਸੀ ਜਿਹਨੇ ਪੂਰੀ ਦੁਨੀਆ ਪੂਰੀ ਜਵਾਨੀ ਪੂਰੀ ਗੋਰੇ ਕਾਲੇ ਨੂੰ ਹਿਲਾਉਣਾ ਸੀਗਾ ਕਹੋ ਬਾਈ ਕਿਵੇਂ ਦੇਖਦੇ ਹੋ 3 ਮਹੀਨੇ ਹੋ ਚੱਲੇ ਆ ਪਰਿਵਾਰ ਨੂੰ ਇਨਸਾਫ ਮੰਗਦਿਆਂ ਨੂੰ ਹਲੇ ਤੱਕ ਪਰਿਵਾਰ ਜਿਹੜਾ ਸੜਕਾਂ ਤੇ ਉਸ ਤੋਂ ਬਾਅਦ ਅੱਜ ਕਹਿਣਾ ਪਿਆ ਕਿ ਭਾਈ ਕੈਂਡਲ ਮਾਰਚ ਕਰੀਏ ਤਾਂ ਜੋ ਸਰਕਾਰ ਦੇ ਕੰਨਾਂ ਤੇ ਜੂੰਨ ਸਰਕੇ ਹਲੋ ਤਾਂ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਜਿਹੜੀ ਬਾਈ ਇਨਸਾਫ ਵਾਲੀ ਗੱਲ ਹੈ ਨਾ ਕਿਤੇ ਨਾ ਕਿਤੇ ਮੈਨੂੰ ਤਾਂ ਇਹ ਲੱਗ ਰਿਹਾ ਦੇਖੋ ਪਹਿਲਾਂ ਗਾਣਾ ਆਇਆ ਸੀਗਾ ਐਸਵਾਈਐਲ ਹਨਾ ਜਦੋਂ ਗਾਣਾ ਹੀ ਨਹੀਂ ਚੱਲਣ ਦਿੱਤਾ ਤੇ ਇਨਸਾਫ ਤਾਂ ਬੜੀ ਦੂਰ ਦੀ ਗੱਲ ਬਈ ਮੈਨੂੰ ਤਾਂ ਨਹੀਂ ਉਮੀਦ ਹੈਗੀ ਕੋਈ ਸਰਕਾਰਾਂ ਤੇ ਕੋਈ ਸਰਕਾਰਾਂ ਤੇ ਉਮੀਦ ਨਹੀਂ ਹੈਗੀ ਕਿਉਂਕਿ ਇੱਥੇ ਤੱਕ ਦੇਖੋ ਕੀ ਕੁਝ ਕਹਿੰਦੇ ਸੀ ਵੀ ਆਹ ਹੋ ਜਾਊਗਾ ਹੋ ਜਾਊਗਾ ਕੁਝ ਨਹੀਂ ਕੀਤਾ ਸਰਕਾਰਾਂ ਨੇ ਜੋ ਫੜੇ ਨੇ ਜੋ ਕੀਤਾਗਾ ਇਨਕਾਉਂਟਰ ਵੀ ਕੀਤੇ ਨੇਗੇ ਜਿਹੜੇ ਅਸਲੀ ਬੰਦੇ ਨੇ ਉਹ ਤਾਂ ਹਲੇ ਉਵੇਂ ਹੀ ਤੁਰੇ ਫਿਰਦੇ ਨੇਗੇ ਇਹ ਤਾਂ ਸਾਰਾ ਕੁਝ ਫੇਕ ਹੀ ਆ ਬਾਈ ਅੱਛਾ ਐਕਚੁਅਲ ਹੋਰ ਦੱਸਿਓ ਵੱਡੇ ਹਜ਼ੂਮ ਦੀ ਅੱਜ ਕਹਿ ਰਹੇ ਸੀ ਕਿ ਵੱਡੇ ਹਜ਼ੂਮ ਨੇ ਆਉਣਾ ਬਹੁਤ ਬਹੁਤ ਲੋਕਾਂ ਨੇ ਬਹੁਤ ਸਾਥ ਦਿੱਤਾ ਭਰਪੂਰ ਸਾਥ ਦਿੱਤਾ ਵੱਡੀ ਗੱਲ ਕਲਾਕਾਰਾਂ ਤੇ ਆ ਕੇ ਖੜਦੀ ਆ ਅੱਜ ਜੇਕਰ ਉਂਗਲਾਂ ਤੇ ਗਿਨੇ ਹੋਣ ਤਾਂ ਗੋਲੂ ਬਈ ਤਿੰਨ ਤੋਂ ਚਾਰ ਕਲਾਕਾਰ ਸ਼ਾਇਦ ਇੱਥੇ ਆਏ ਹੋਣਗੇ ਹਾਂਜੀ ਹਾਂਜੀ ਪਰ ਕਲਾਕਾਰੀ ਦੇ ਲਈ ਉਹ ਬੰਦਾ ਸ਼ਾਇਦ ਜਿਨ੍ਹਾਂ ਉਸ ਬੰਦੇ ਨੇ ਜਿਨ੍ਹਾਂ ਦੇ ਸਿਰ ਤੇ ਹੱਥ ਤਰਿਆ ਅੱਜ ਸ਼ਾਇਦ ਉਹ ਵੀ ਨਹੀਂ ਪਹੁੰਚ ਸਕੇ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਏ ਭਾਈ ਮੈਂ ਤਾਂ ਕਹਿੰਦਾ ਬੁਝਦਲ ਵਾਲਾ ਕੰਮ ਹੈਗਾ ਇਹ ਦੇਖੋ ਇੱਕ ਜਮਾਤ ਹੁੰਦੀ ਆ ਮੈਂ ਪਹਿਲਵਾਨਾਂ ਸਾਡੀ ਜਮਾਤ ਹੈ ਪਹਿਲਵਾਨਾਂ ਦੀ ਹਨਾ ਮੇਰਾ ਸਾਡਾ ਜਦੋਂ ਵੀ ਕਿਤੇ ਕੋਈ ਰੌਲਾ ਪੈਂਦਾ ਸਾਰੇ ਪਹਿਲਵਾਨ ਇਕੱਠੇ ਹੋ ਜਾਂਦੇ ਨੇ ਮੇਰਾ ਪਿੱਛੇ ਜੇ ਵੀ ਕੋਰੋਲਾ ਹੋਇਆ ਸਾਰੇ ਪੂਰੇ ਇੰਡੀਆ ਦੇ ਪਹਿਲਵਾਨ ਬੋਲੇ ਨਾਲ ਮੇਰੇ ਖੜੇ ਹਨਾ ਪਰ ਅੱਜ ਮੈਂ ਇੱਕ ਗੱਲ ਕਹਿਣਾ ਜਿੰਨੇ ਇੱਥੇ ਕੋਈ ਨਹੀਂ ਪਹੁੰਚਿਆ ਲੇਡੀਜ਼ ਕਲਾਕਾਰ ਪਹੁੰਚੇ ਸੋਨੀਆ ਮਾਨ ਪਹੁੰਚੀ ਹੈ ਰਵਿੰਦਰ ਹੰਡਾ ਪਹੁੰਚੇ ਵੀ ਕਿੱਡੀ ਸ਼ਰਮ ਵਾਲੀ ਗੱਲ ਹੈ ਬਹੁਤ ਸ਼ਰਮ ਵਾਲੀ ਗੱਲ ਹੈ ਇਹਨਾਂ ਨੂੰ ਇਹ ਨਹੀਂ ਪਤਾ ਵੀ ਭਾਈ ਜੀ ਜਿਹੜੀ ਇਹ ਅੱਗ ਲੱਗੀ ਹੈ ਕਿਸੇ ਨਾ ਕਿਸੇ ਨੇ ਇਹਨਾਂ ਦੇ ਘਰਾਂ ਤੱਕ ਵੀ ਪਹੁੰਚੋਗੇ ਹਮ ਪਰ ਇਹ ਜਿਹੜਾ ਇਹ ਕਰ ਰਹੇ ਨੇ ਅੱਜ ਪੂਰੇ ਜਿਹੜਾ ਪੰਜਾਬੀ ਗਾਇਕੀ ਦੀ ਇੰਡਸਟਰੀ ਹੈ ਪੂਰੀ ਦੁਨੀਆ ਦੇ ਉੱਤੇ ਗੋਰੇ ਕਾਲੇ ਜੇ ਸੁਣਦੇ ਨੇਗੇ ਤਾਂ ਉਹ ਬਾਈ ਸਿੱਧੂ ਨੇ ਸੁਣ ਲਾਏ ਨੇਗੇ ਉਹਦੀ ਐਡੀ ਵੱਡੀ ਸੰਗੀਤ ਇੰਡਸਟਰੀ ਨੂੰ ਦੇਣਾ ਪਰ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੈ ਵੀ ਅੱਜ ਇੱਥੇ ਕੋਈ ਵੀ ਕਲਾਕਾਰ ਪਹੁੰਚਿਆ ਨੀਗਾ ਆਮ ਵਿਚਾਰੇ ਦਿਹਾੜੀਦਾਰ ਬੰਦੇ ਵੀ ਇੱਥੇ ਪਹੁੰਚੇ ਮੋਟਰਸਾਈਕਲ ਲੈ ਕੇ ਗੱਡੀਆਂ ਕੋਈ ਬਾਸਾਂ ਦੇ ਕੋਈ ਕਿਵੇਂ ਪਰ ਇਹ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੈ ਉਹਨਾਂ ਦੀ ਜਮਾਤ ਸੀ ਜਮਾਤ ਦਾ ਇੱਕ ਸ਼ਰੋਮਣੀ ਕਲਾਕਾਰ ਸੀਗਾ ਕੋਈ ਛੋਟਾ ਮੋਟਾ ਕਲਾਕਾਰ ਨਹੀਂ ਸੀ ਜਿਹਦੀ ਮੌਤ ਦੇ ਉੱਤੇ ਹਰ ਧਰਮ ਹਰ ਮਜਬ ਹਰ ਜਾਤੀ ਹਰ ਤੋਂ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਹਰੇਕ ਬੰਦੇ ਨੂੰ ਬਹੁਤ ਵੱਡਾ ਦਰਦ ਹੋਇਆਗਾ ਹਰੇਕ ਬੰਦਾ ਰੋਇਆ ਪਰ ਇੱਕ ਇਹ ਜਿਹੜੇ ਕਲਾਕਾਰ ਨੇਗੇ ਨਾ ਬਹੁਤ ਜ਼ਿਆਦਾ ਮਤਲਬ ਇਹਨਾਂ ਨੂੰ ਮੈਨੂੰ ਮੈਂ ਹੁਣ ਕੀ ਕਹਾਂ ਇਹਨਾਂ ਨੇ ਵੀ ਉਹੀ ਗੱਲ ਜਿਹੜੇ ਲੋਕ ਇਹਨਾਂ ਨੂੰ ਕਹਿੰਦੇ ਨੇਗੇ ਉਹੀ ਇਹਨਾਂ ਨੇ ਕਰਕੇ ਦਿਖਾਤੀ ਤਾਂ ਕੀ ਚੀਜ਼ ਬਾਈ ਕੋਈ ਦਬਾਅ ਜਾਏ ਹੁੰਦਾ ਵੀ ਜੇ ਅਸੀਂ ਉਹਦੇ ਤੇ ਬਗ ਚਲੇ ਗਏ ਤਾਂ ਸ਼ਾਇਦ ਸਾਡੀ ਨਾ ਕਿਤੇ ਸੋਸ਼ਲ ਮੀਡੀਆ ਤੇ ਪੋਸਟ ਪੈ ਜੇ ਕੋਈ ਗੈਂਗ ਸਾਡੀ ਨਾ ਪੋਸਟ ਪਾ ਦੇ ਕੇ ਯਾਰ ਕਹ ਲੂੰ ਸੋਨੂੰ ਵੀ ਦੇਖ ਇਹ ਚੀਜ਼ ਵੀ ਹੋ ਸਕਦੀ ਹੈ ਇਹ ਚੀਜ਼ ਹੋ ਸਕਦੀ ਹੈ ਬਈ ਐਂ ਫਿਰ ਕਿੰਨਾ ਚਿਰ ਡਰ ਕੇ ਟਾਈਮ ਲੰਘ ਜੂਗਾ ਫਿਰ ਗੈਕੀਆਂ ਛੱਡ ਜਾਣਾ ਉਹਦੀਆਂ ਘਰੇ ਵਹਿ ਜਾਣ ਹੋਰ ਕੰਮ ਕਰ ਲੈਣਾ ਅਬਦਾ ਹਾਂ ਫਿਰ ਅਸੀਂ ਡਰ ਕੇ ਥੋੜੀ ਚੱਲੂਗਾ ਕੰਮ ਹੁਣ ਅੱਜ ਮੈਂ ਬੋਲ ਰਹੇ ਆਂਗਾ ਮੈਂ ਪਹਿਲਾਂ ਵੀ ਆਇਆ ਮੈਂ ਭੋਗ ਤੇ ਵੀ ਆਇਆ ਸੰਸਕਾਰ ਤੇ ਵੀ ਆਇਆ ਫੁੱਲਾਂ ਤੇ ਵੀ ਆਇਆਂਗਾ ਐਂ ਡਰ ਕੇ ਥੋੜੀ ਟਾਈਮ ਲੰਘੂਗਾ ਜਦ ਅਸੀਂ ਪੰਜਾਬ ਦੇ ਵਿੱਚ ਜੰਮਿਆ ਪੰਜਾਬੀਅਤ ਦੀ ਗੱਲ ਕਰਦੇ ਆ ਉਹ ਬਾਈ ਨੇ ਪੰਜਾਬੀਅਤ ਦੀ ਗੱਲ ਕੀਤੀ ਅੱਜ ਤੱਕ ਕੋਈ ਅਸਲੀਲ ਗਾਣਾ ਨਹੀਂ ਗਾਇਆ ਉਹਨੇ ਅੱਜ ਜੇ ਅੱਜ ਕੋਈ ਬੱਚੇ ਨੌਜਵਾਨ ਜਿਹੜੇ ਅੱਜ ਦੇ ਮਾਪਿਓ ਦੀ ਜੇ ਕੋਈ ਸਤਕਾਰ ਕਰਦੇ ਨੇ ਤਾਂ ਸਿੱਧੂ ਬਾਈ ਨੇ ਸਿਖਾਇਆ ਵੀ ਮਾਪਿਓ ਦਾ ਸਤਕਾਰ ਕਿਵੇਂ ਕਰੀਂਦਾ ਉਹਨੇ ਸਿਖਾਇਆ ਖੇਤਾਂ ਦੇ ਵਿੱਚ ਜਾ ਕੇ ਕਿਵੇਂ ਆਪਦੇ ਹੱਥੀਂ ਆਪਦੀ ਕਿਰਤ ਕਰੀਂਦੀ ਹੈ ਨਾਲ ਆਪਦਾ ਗਾਇਕੀ ਵਾਲਾ ਕੰਮ ਕਰੀਂਦਾ ਹੈਗਾ ਉਹਨੇ ਕਿਰਤ ਕਰਨੀ ਵੀ ਸਿਖਾਈ ਐ ਐਡਾ ਵੱਡਾ ਮਤਲਬ ਉਹਨੇ ਮੋੜ ਦਿੱਤਾ ਕਿ ਜਵਾਨੀ ਨੂੰ ਪਰ ਇੱਕ ਸ਼ਰਮ ਦੀ ਗੱਲ ਹੈ ਵੀ ਹੋਰ ਕਿੰਨੀ ਦੁਨੀਆ ਕਿੰਨੇ ਨੌਜਵਾਨ ਪਹੁੰਚੇ ਪਰ ਉਸੇ ਕਲਾਕਾਰ ਕੋਈ ਨਹੀਂ ਪਹੁੰਚਿਆ ਅੱਜ ਤੁਸੀਂ ਦੇਖਿਆ ਹੀ ਹੈ ਬਾਈ ਹਾਂ ਕੋਈ ਕਲਾਕਾਰ ਨਹੀਂ ਰੁਪਿੰਦਰ ਹੰਡਾ ਸੋਨੀਆ ਮਾਨ ਇੱਕ ਲੇਡੀ ਗਾ ਕੇ ਹੋਚੀ ਨੇ ਬਹੁਤ ਜਿਆਦਾ ਸ਼ਰਮ ਵਾਲੀ ਗੱਲ ਹੈ ਹਾਲਾਂਕਿ ਜਿਵੇਂ ਉਹਨਾਂ ਨੇ ਇਹ ਇਹ ਨੂੰ ਬਹੁਤ ਵੱਡਾ ਸੰਗੀਤ ਨੂੰ ਉੱਪਰ ਲੈ ਕੇ ਗਿਆ ਪੰਜਾਬੀ ਸੰਗੀਤ ਨੂੰ ਗੋਰਿਆਂ ਦੇ ਜਵਾਨ ਤੇ ਗਿਆ ਨੀਗਰਾਂ ਕਾਲਿਆਂ ਦੇ ਜਵਾਨ ਤੇ ਗਿਆ ਉਹਨਾਂ ਨੂੰ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਸੀਗਾ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਸੀਗਾ ਉਹਨਾਂ ਦੇ ਮਾਤਾ ਜੀ ਨੂੰ ਪਿਤਾ ਜੀ ਨੂੰ ਵੀ ਕੋਈ ਗੱਲ ਨਹੀਂ ਅਸੀਂ ਨਾਲ ਆ ਕੁਝ ਵੀ ਹੋ ਜੇ ਅਸੀਂ ਐਂਡ ਤੱਕ ਨਾਲ ਰਹਾਂਗੇ ਅਸੀਂ ਜੋ ਉਹਦਾ ਉਹਦੇ ਨਾਲ ਹੋਏਗਾ ਮਰਡਰ ਹੋਦਾ ਇਨਸਾਫ ਲਵਾਂਗੇ ਸਾਨੂੰ ਚਾਹੇ ਕਿਸੇ ਹੱਦ ਤੱਕ ਜਾਣਾ ਪਵੇ ਪਰ ਇਹ ਗੱਲ ਨਹੀਂ ਹੋਈ ਬਹੁਤ ਉਦੋਂ ਉਲਟਾ ਹੈ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਵੀ ਕਰ ਜਿਹੜੇ ਨਾਲ ਫਿਰਦੇ ਸੀ ਬਾਈ ਜੀ ਜਿਨ੍ਹਾਂ ਨੂੰ ਚਲਾਇਆਗਾ ਬਿਲਕੁਲ ਜਿਹੜੇ ਉਹਦੇ ਆ ਕੇ ਐ ਬਾਈ ਜੀ ਬਾਈ ਇਹ ਕਹਿੰਦੇ ਸੀਗੇ ਆ ਜੋ ਵੀ ਦਿਖੇ ਨਹੀਂ ਆ ਲਾਕੇ ਮਾਨ ਸਜਲੇ ਦੀ ਗਾਇਕ ਨਹੀਂ ਲੱਭੇਗਾ ਤੇ ਇੱਕ ਇੱਕ ਚੀਜ਼ ਹੋਰ ਬਾਈ ਫਿਰ ਕੁੜੀਆਂ ਨੂੰ ਗੱਡਸਾਲਾ ਮੰਨ ਲਿਆ ਜਿਵੇਂ ਬਾਈ ਤਾਂ ਪਟ ਤੇ ਥਾਪੀ ਮਾਰਦੇ ਗੱਡਸਾਲਾ ਤੇ ਫਿਰ ਕੁੜੀਆਂ ਨੂੰ ਮੰਨ ਲਿਆ ਕਿ ਪਈ ਇਹਨਾਂ ਦੇ ਵਿੱਚ ਹੀ ਜਿਗਰਾ ਹੈਗਾ ਉਹਨਾਂ 'ਚ ਹੈ ਨਹੀਂ ਉਹੀ ਗੱਲ ਹੈ ਬਈ ਅੱਜ ਤਾਂ ਉਹੀ ਕਹਿ ਸਕਦੇ ਆ ਵੀ ਉਹੀ ਇੱਕ ਸੂਰਮੇ ਵਾਲਾ ਕੰਮ ਕਿਸੇ ਉਹ ਮਾਂ ਦੇ ਪੇਟੋਂ ਸੂਰਮਿਆਂ ਦੇ ਪੇਟੋਂ ਨੇ ਜਨਮ ਲੈ ਕੇ ਸੂਰਮੇ ਵਾਲਾ ਕੰਮ ਕੀਤਾ ਉਹਨਾਂ ਦੀ ਭੈਣਾ ਬਣ ਕੇ ਸ ਨੇ ਗੀਆਂ ਉਹ ਹਨਾ ਪਰ ਜੇ ਭਰਾ ਸਭ ਤੋਂ ਅਗਲਾ ਕਹਿੰਦਾ ਭਰਾ ਬਾਹਮਾ ਹੁੰਦੀਆਂ ਨੇ ਹਨਾ ਪਰ ਕਿਹੜੀਆਂ ਬਾਹਮਾ ਬਾਈ ਅੱਜ ਅੱਜ ਜਿਵੇਂ ਅੱਜ ਬਹੁਤ ਵੱਡੀ ਨਮੋਸ਼ੀ ਅਸੀਂ ਮਹਿਸੂਸ ਕੀਤੀ ਤੁਸੀਂ ਵੀ ਕੀਤੀ ਹੋਣੀ ਕਿਉਂਕਿ ਇੱਕ ਇੱਕ ਜਮਾਤ ਹੁੰਦੀ ਹੈ ਬਾਈ ਜੀ ਹੂੰ ਪਹਿਲਵਾਨਾਂ ਦੀ ਜਮਾਤ ਹੋਗੀ ਖੜਿਆਰੀਆਂ ਦੀ ਜਮਾਤ ਹੋਗੀ ਸਾਧੂਆਂ ਦੀ ਜਮਾਤ ਹੋਗੀ ਕਲਾਕਾਰਾਂ ਦੀ ਜਮਾਤ ਹੋਗੀ ਲੀਡਰਾਂ ਦੀ ਜਮਾਤ ਹੋਗੀ ਜਿੰਨੇ ਕੋਈ ਆਪਣੇ ਨੌਕਰੀ ਪੇਸ਼ ਕਰਨੇ ਜਮਾਤ ਹੋਗੀ ਹਰੇਕ ਆਪ ਦੀ ਜਮਾਤ ਦੇ ਪਿੱਛੇ ਜਾਂਦਾ ਹੈਗਾ ਚਾਹੇ ਮਾੜਾ ਚਾਹੇ ਚੰਗਾ ਜਮਾਤ ਦੇ ਪਿੱਛੇ ਖੜਾ ਪਰ ਅੱਜ ਮੈਂ ਦੇਖਿਆ ਵੀ ਕੁਛ ਨਹੀਂ ਕੱਲਾ ਦੋ ਤਿੰਨ ਲੇਡੀਜ਼ ਆਈਆਂ ਨੇ ਕਲਾਕਾਰ ਕੋਈ ਉਹਨਾਂ ਨੇ ਕੋਈ ਵੀ ਕਲਾਕਾਰ ਪਹੁੰਚਿਆ ਨਹੀਂ ਜਿਹੜੇ ਗੱਲਾਂ ਕਰਦੇ ਸੀ ਸਿੱਧੂ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਕਿੱਧਰ ਗਏ ਉਹ ਜਿਹੜੇ ਇੱਥੇ ਗੱਡੀਆਂ ਲੈ ਲੈ ਕੇ ਆਉਂਦੇ ਸੀ ਸਿਰਫ ਇੱਕ ਆਏ ਆਉਂਦੇ ਸੀਗੇ ਵੀ ਲੋਕ ਸਾਨੂੰ ਗਾਲਾਂ ਕੱਢਣਗੇ ਛੱਤਰ ਮਾਰਨਗੇ ਸਾਡੇ ਕੱਲ ਨੂੰ ਅਸੀਂ ਬਾਹਰਲੇ ਮੁਲਕਾਂ 'ਚ ਗਾਉਣ ਜਾਵਾਂਗੇ ਤੇ ਸਾਡੇ ਮਗਰ ਫੜਨਗੇ ਵੀ ਤੁਸੀਂ ਉੱਥੇ ਖੜੇ ਨਹੀਂਗੇ ਤਾਂ ਉਦੋਂ ਭੋਗ ਤੱਕ ਆਏ ਨਹੀਂਗੇ ਆ ਤੂੰ ਦੇਖ ਲਓ ਤੁਹਾਡੇ ਸਾਹਮਣੇ ਬਾਈ ਜੀ ਹਰੇਕ ਅੱਜ ਮੇਰੇ ਖਿਆਲ ਦੇ ਵਿੱਚ ਜੇ ਤੁਸੀਂ ਦੇਖੋ ਪਤਾ ਕਰੋ ਪੂਰਾ ਅੱਜ ਕਈ ਗੱਲਾਂ ਕਰ ਰਹੇ ਜੀ ਵੀ ਹੋਣਗੇ ਜਿਹੜੇ ਅੱਜ ਖਾੜਾ ਲਾਈ ਜਾਂਦੇ ਹੋਣਗੇ ਜਿਹੜੇ ਗਾ ਰਹੇ ਹੋਣਗੇ ਜਿੱਥੇ ਮੇਲਿਆਂ ਤੇ ਕਿਸੇ ਕਿਸੇ ਫੰਕਸ਼ਨਾਂ ਤੇ ਜਾਂ ਕਿਸੇ ਵਿਆਹ ਸ਼ਾਦੀ 'ਚ ਗਾ ਰਹੇ ਹੋਣਗੇ ਜਾਂ ਕੋਈ ਬਾਹਰ ਗਾਈ ਜਾਂਦੇ ਹੋਣਗੇ ਕਿੱਡੀ ਸ਼ਰਮ ਵਾਲੀ ਗੱਲ ਹੈਗੀ ਤੁਸੀਂ ਜਮਾਤ ਦੀ ਗੱਲ ਕੀਤੀ ਹੈ ਇਸੇ ਜਮਾਤ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਇਸੇ ਕਲਾਕਾਰੀਆਂ ਨਾਲ ਕਿਤੇ ਨਾ ਜੁੜੇ ਹੋਏ ਕੀ ਲੱਗਦਾ ਨਹੀਂ ਕਿ ਵੀ ਇੱਕ ਜਿਹੜਾ ਬੰਦਾ ਜਿਵੇਂ ਤੁਸੀਂ ਕਹਿੰਦੇ ਪਹਿਲਵਾਨਾਂ ਜਮਾਤ 'ਚੋਂ ਪਹਿਲਵਾਨਾਂ ਦਾ ਮਸਿਆਂ ਉਂਦੀ ਖੜੇ ਅੱਜ ਕਲਾਕਾਰਾਂ ਦੇ ਸਮੱਸਿਆਈ ਮੁੱਖ ਮੰਤਰੀ ਦਾ ਰੋਲ ਕਿਵੇਂ ਲੱਗਿਆ ਤੁਹਾਨੂੰ ਭਾਈ ਜੀ ਮੁੱਖ ਮੰਤਰੀ ਜਿਹੜੀ ਗੱਲ ਹੈ ਨਾ ਮੁੱਖ ਮੰਤਰੀ ਵਧੀਆ ਨੇ ਪਰ ਮੁੱਖ ਮੰਤਰੀ ਦਾ ਰਿਮੋਟ ਕਿਸਦੇ ਹੋਰ ਹੱਥ ਚ ਜਾਏਗਾ ਮੁੱਖ ਮੰਤਰੀ ਨਹੀਂ ਬੋਲ ਸਕਦੇ ਮੇਰੇ ਇਲਾਕੇ ਦੇ ਨੇ ਮੇਰਾ ਪਿੰਡ ਚੀਮਨਸ ਤੌਜ ਪਿੰਡ ਹੈ ਆਪਾਂ ਉਹਨਾਂ ਨੂੰ ਮਾੜੇ ਨਹੀਂ ਕਹਿੰਦੇ ਵਧੀਆ ਨੇਗੇ ਪਰ ਉਹਨਾਂ ਦੇ ਹੱਥ ਬਸ ਕੁਝ ਨਹੀਂ ਹੈਗਾ ਉਹ ਵੀ ਕਲਾਕਾਰ ਅੱਜ ਦੇਖੋ ਜੇ ਉਹ ਮੁੱਖ ਮੰਤਰੀ ਬਣੇ ਨੇ ਤਾਂ ਪਹਿਲਾਂ ਕਲਾਕਾਰ ਬਣੇ ਅੱਜ ਜੇ ਕੋਈ ਜਾਣਦਾ ਮੁੱਖ ਮੰਤਰੀ ਦਾ ਬਾਅਦ ਚ ਉਹਨੂੰ ਕਲਾਕਾਰ ਦੇ ਨਾਂ ਤੇ ਜਾਣਦਾ ਹੈਗਾ ਉਹਨਾਂ ਨੂੰ ਇਹ ਕਰਨੀ ਚਾਹੀਦੀ ਹੈ ਬੇਸ਼ੱਕ ਉਹਨਾਂ ਨੂੰ ਬਾਗੀ ਹੋਣਾ ਆਪਣੀ ਪਾਰਟੀ ਤੋਂ ਬੇਸ਼ੱਕ ਉਹਨਾਂ ਨੂੰ ਕੁਝ ਵੀ ਕਰਨਾ ਪਵੇ ਉਹਨਾਂ ਇਨਸਾਫ ਦੇਣਾ ਪੈਣਾ ਨਹੀਂ ਮੇਰੀ ਗੱਲ ਇੱਕ ਯਾਦ ਰੱਖਿਓ ਜਿੰਨਾ ਦੇਖੋ ਇੱਕ ਕਾਂਗਰਸ ਪਾਰਟੀ ਇਥੋਂ ਪੰਜਾਬ ਦੇ ਚੋਂ ਖਤਮ ਹੋਈ ਉਹਨਾਂ ਨੂੰ 84 ਦੇ ਦੰਗੇ ਔਰ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਸੀ ਉਹ ساری ਉਮਰ ਧੋ ਨਹੀਂ ਸਕੇ ਔਰ ਜਿਹੜੀ ਸਨੋਮਣੀ ਕਾਲੀਦਲ ਪਾਰਟੀ ਸੀਗੀ ਉਹਨਾਂ ਦੇ ਉੱਤੇ ਇੱਕ ਦਾਗ ਲੱਗਿਆ ਵੀ ਗੁਰੂਗਰਾ ਸਾਹਿਬ ਦੀ ਬੇਆਦੂਈ ਕਰੀ ਉਹ ساری ਉਮਰ ਧੋ ਨਹੀਂ ਸਕਦੇ ਖਤਮ ਹੋ ਗਏ ਇਹਨਾਂ ਦੇ ਉੱਤੇ ਇਹ ਜਿਹੜਾ ਅਲਿਕੇਸ਼ਨ ਦਾਗ ਲੱਗਿਆਗਾ ਇਹਨਾਂ ਦੀ ਸਰਕਾਰ ਦੇ ਵਿੱਚ 2 ਮਹੀਨੇ ਦੀ ਸਰਕਾਰ ਸੀ ਇਹਨਾਂ ਦੀ ਸਰਕਾਰ ਵੀ ਖਤਮ ਹੋ ਜੇ ਜੇ ਇਹ ਨਾਲ ਖੜੇ ਇਨਸਾਫ ਦਵਾਤਾ ਤਾਂ ਬਾਜੂ ਨਹੀਂ ਇਹ ਵੀ ਖਤਮ ਹੋ ਜਾਣਗੇ ਇੱਕ ਚੀਜ਼ ਹੋ ਰਹਾ ਬਾਈ ਸਿਕਿਉਰਟੀ ਜਿਹੜੀ ਆ ਪਹਿਲਾਂ ਵਾਪਸ ਕੀਤੀ ਗਈ ਆ ਹੁਣ ਕੋਰਟ ਨੇ ਫਿਰ ਪੰਜਾਬ ਸਰਕਾਰ ਨੂੰ ਝਾੜ ਪਾਈ ਆ ਕਿ ਭਾਈ ਸਿਕਿਉਰਟੀ ਤੁਸੀਂ ਕਿਹੜੇ ਆਧਾਰ ਤੇ ਵਾਪਸ ਕੀਤੀ ਸਿਕਿਉਰਿਟੀ ਦੁਬਾਰਾ ਦਿੱਤੀ ਜਾਵੇ ਸਮੀਖਿਆ ਦੁਬਾਰਾ ਕੀਤੀ ਜਾਵੇ ਤਾਂ ਸ਼ਾਇਦ ਮਾਪਿਆਂ ਦੇ ਮਨ ਦੇ ਵਿੱਚ ਤਾਂ ਹਜੇ ਵੀ ਇਹ ਚੀਜ਼ ਰਹੂਗੀ ਕਿ ਹੁਣ ਸਿਕਿਉਰਿਟੀ ਵਾਪਸ ਕਰਤੀ ਕਿ ਸਾਡੇ ਪੁੱਤ ਨੂੰ ਹੀ ਮਰਵਾਉਣਾ ਸੀ ਇਹ ਬਾਈ ਜੀ ਜਿਹੜੀ ਸਿਕਿਉਰਿਟੀ ਵਾਲੀ ਗੱਲ ਹੈ ਨਾ ਮੈਂ ਜਿਹੜਾ ਦੇਖ ਰਿਹਾ ਤੁਸੀਂ ਵੀ ਸਾਰੇ ਦੇਖ ਰਹੇ ਜਿਹੜੀ ਸਰਕਾਰ ਹੈ ਨਾ ਉਹ ਸੋਸ਼ਲ ਮੀਡੀਆ ਤੇ ਜਿਆਦਾ ਚੱਲਦੇ ਗਰਾਊਂਡ ਲੈਵਲ ਤੇ ਬਹੁਤ ਘੱਟ ਚੱਲਦੀ ਹੈ ਇਹ ਜਿਆਦਾ ਦਿਖਾਉਂਦੇ ਨੇ ਜਾ ਕੇ ਵੀ ਅਸੀਂ ਆਹ ਕਰਤਾ ਸਿਕਿਉਰਟੀਆਂ ਵਾਪਸ ਲੈ ਲੀਆਂ ਕਿਤੇ ਜਾ ਕੇ ਇਹਨੂੰ ਫੜ ਲਿਆ ਕਿਤੇ ਥਾਣਿਆਂ ਜਾਂਦੇ ਨੇ ਬਾਈ ਇਹ ਕੰਮ ਇਹਨਾਂ ਦਾ ਨਹੀਂ ਹੈਗਾ ਹੁਣ ਦੇਖੋ ਉਹਨੂੰ ਜਿੰਨੀ ਇਨਕਮ ਆਉਂਦੀ ਸੀ ਉਹ ਟੈਕਸ ਪੇ ਕਰਦਾ ਸੀਗਾ ਉਸ ਪੰਜਾਬ ਸਰਕਾਰ ਨੂੰ ਟੈਕਸ ਦਿੰਦਾ ਸੀਗਾ ਐਂਆ ਜੇ ਸੈਲੀਬ੍ਰਿਟੀ ਬੰਦੇ ਜਿਹੜੇ ਪੰਜਾਬ ਸਰਕਾਰ ਦੇ ਖਾਤੇ ਦੇ ਵਿੱਚ ਜਿਹੜੇ ਕਰੋੜਾ ਰੁਪਏ ਟੈਕਸ ਦਾ ਦੇ ਰਹੇ ਨੇ ਉਹਨਾਂ ਨੂੰ ਤਾਂ ਬੈਸੀ ਉਹਨਾਂ ਨੂੰ ਸਿਕਿਉਰਿਟੀ ਦੇਣੀ ਚਾਹੀਦੀ ਹੈਗੀ ਇਹਨਾਂ ਨੇ ਸਿਕਿਉਰਿਟੀ ਦੇ ਕੇ ਫਿਰ ਜੰਤਰਕ ਕੀਤੀ ਦੱਸਿਆ ਸਿਰਫ ਇੱਕ ਐਂ ਦੱਸਣ ਦੇ ਮਾਰੇ ਵੀ ਆਹ ਸਾਡੀ ਸਰਕਾਰ ਹੈ ਦੇਖੋ ਜੀ ਅਸੀਂ ਸਿਕਿਉਰਟੀਆਂ ਵਾਪਸ ਲੈ ਲੀਆਂ ਫਿਰ ਇਹ ਜੰਤਰਕ ਕਰ ਨਹੀਂ ਸਕਦੇ ਬਾਈ ਜੀ ਜਿੱਥੇ ਜਦੋਂ ਇਹਨਾਂ ਨੂੰ ਸੌਂ ਚਕਾਉਂਦੇ ਨੇ ਸਾਹੋਂ ਦੇ ਵਿੱਚ ਇਹੀ ਦੱਸਿਆ ਜਾਂਦਾ ਵੀ ਜਿਹੜੀਆਂ ਚੀਜ਼ਾਂ ਨੇ ਗੁਪਤ ਰੱਖ ਸਕਦੇ ਨੇਗੇ ਪਰ ਇਹਨਾਂ ਨੇ ਜੰਤਰੀ ਕਰਕੇ ਇੱਕ ਆਪਦੀ ਬਾਵਾ ਕਰਨ ਦੇ ਮਾਰਿਆਂ ਨੇ ਇੱਕ ਸਾਡੇ ਤੋਂ ਇੱਕ ਉਹ ਕਲਮ ਖੋਲੀ ਜਿਨੇ ਸਾਡੀ ਸਾਰੀ ਨੌਜਵਾਨੀ ਨੂੰ ਚੰਗੇ ਰਾਹ ਲਾਉਣਾ ਸੀ ਸਾਥ ਉਹ ਕਲਮ ਇਹਨਾਂ ਨੇ ਖੋਲੀ ਤੇ ਇੱਕ ਸਕਿਉਰਟੀ ਵਾਪਸ ਲੈ ਕੇ ਹੋਰ ਤਾਂ ਹੀ ਖੋਈ ਹੋਵੇ ਵੀ ਚੰਗੇ ਪਾਸੇ ਨਾ ਲੱਗਾਂ ਨੌਜਵਾਨ ਹਾਂ ਬਾਈ ਜੀ ਇਹ ਹੈਗਾ ਹੀ ਆ ਦੇਖੋ ਸਾਡੇ ਜੇ ਦੇਖੀਏ ਇੱਕ ਕਲਮ ਸੀਗੀ ਜਿਨੇ ਚੰਗਾ ਕਰਨਾ ਸੀ ਉਹ ਖੋਈ ਗਈ ਇੱਕ ਸਾਡਾ ਇੱਕ ਖੇਡ ਦੇ ਵਿੱਚ ਸਪੋਰਟਸ ਦੇ ਵਿੱਚੋਂ ਸੰਦੀਪ ਨੰਗਲੰਬੀ ਆ ਉਹ ਸਾਡੀ ਖੇਡ ਖੋਈ ਗਈ ਇੱਕ ਸਾਡੀ ਸੋਚ ਸੀ ਦੀਪ ਸਿੱਧੂ ਜਿਨ੍ਹਾਂ ਨੇ ਲੌ ਕਰਕੇ ਇੰਨਾ ਤਰੀਕੇ ਨਾਲ ਉਹ ਗੱਲ ਕਰਦੇ ਸੀ ਪੱਤਰਕਾਰਨ ਹਰੇਕ ਨਾਲ ਉਹ ਹਰੇਕ ਨਾਲ ਕੋਈ ਉਹਦੇ ਨਾਲ ਬੰਦਾ ਡਿਬੇਟ ਨਹੀਂ ਕਰ ਸਕਦਾ ਸੀਗਾ ਉਹ ਸਾਥੋ ਸੋਚ ਖੋਲ ਹੀ ਸਾਥੋ ਕਲਮ ਖੋਲ ਹੀ ਸਾਥੋ ਸਪੋਰਟਸ ਖੋਲਿਆ ਇੱਕ ਪੰਜਾਬ ਨੂੰ ਖਤਮ ਕਰਨ ਤੇ ਲੱਗੇ ਹੋਏ ਨੇ ਵੀ ਸਾਰੇ ਰਲੇ ਮਿਲੇ ਨਗੇ ਇਹ ਬਾਈ ਕੀ ਯਾਰ ਇਹ ਵੀ ਹੁੰਦਾ ਜਿਵੇਂ ਗਾਇਕਾਂ ਦੀ ਤੁਸੀਂ ਗੱਲ ਕਰਦੇ ਸੀ ਵੀ ਚਲੋ ਦੁੱਖ ਤਾਂ ਕਈ ਯਾਰ ਫੇਸਬੁੱਕ ਤੇ ਹੁੰਦਾ ਆਰ ਆਰ ਆਈ ਪੀ ਲਿਖ ਦੇਣਾ ਜਾਂ ਕੁਝ ਪਰ ਕਈ ਯਾਰ ਹੁੰਦਾ ਕਿ ਸ਼ਰੀਕ ਮਰਿਆ ਤੇ ਵਿੜਾ ਮੋਕਲਾ ਵੀ ਕਿਤੇ ਸਾਨੂੰ ਚੱਲਣੇ ਨਹੀਂ ਦਿੰਦਾ ਸੀ ਕੱਲਾ ਬੰਦਾ ਹੀ ਗਾਹ ਪਾਈ ਜਾਂਦਾ ਸੀ ਵੀ ਸਾਡਾ ਰਾਹ ਹੀ ਖੁੱਲ ਗਿਆ ਹੁਣ ਇਹ ਵੀ ਅੰਦਰੋਂ ਅੰਦਰ ਹੀ ਖੁਸ਼ੀ ਨਾ ਹੋਵੇ ਕਿਤੇ ਹਾਂ ਇਹ ਹੈਗੀ ਬਈ ਇਹ ਵੀ ਗੱਲ ਹੋ ਸਕਦੀ ਹੈ ਕਿਉਂਕਿ ਆਪਾਂ ਦੇਖਿਆਗਾ ਉਹ ਇੱਕ ਪਾਸੇ ਸੀ ਕੱਲਾ ਸਾਰੀ ਜਿੰਨੀ ਸੰਗੀਤ ਇੰਡਸਟਰੀ ਇੱਕ ਪਾਸੇ ਸੀਗੀ ਕੱਲਾ ਥਾਪੀਆਂ ਮਾਰਦਾ ਸੀਗਾ ਪਰ ਅੱਜ ਤੁਸੀਂ ਦੇਖ ਲਿਓ ਦੇਖੋ ਇੱਥੇ ਬਈ ਰਹਿਣਾ ਕਿਸੇ ਨੇ ਨਹੀਂ ਕਿ ਸਭ ਨੇ ਤੁਰ ਜਾਣਾ ਮੈਂ ਵੀ ਤੁਰ ਜਾਣਾ ਤੁਸੀਂ ਵੀ ਤੁਰ ਜਾਣਾ ਜਿਹੜੇ ਹੋਰ ਕਲਾਕਾਰ ਉਹਨੇ ਤੁਰਨਾ ਕਿਸੇ ਦੇ ਭੋਗ ਦੇ ਉੱਤੇ 500 ਬੰਦੇ ਨੇ ਵੀ ਨਹੀਂ ਆਉਣਾ ਹੈਗਾ ਫਰੇ ਜੱਟ ਦੀ ਏਡੀ ਵੱਡੀ ਕੁਰਬਾਨੀ ਸੀਗੀ ਇਹਨੇ ਏਡੀਆਂ ਵੱਡੀਆਂ ਜਿਹੜੀਆਂ ਇਹਨੇ ਜੋ ਇਹ ਲਿਖ ਗਿਆ ਇਤਿਹਾਸ ਮੈਨੇ ਇੱਕ ਮੇਰਾ ਦੋਸਤ ਹੈ ਬਹੁਤ ਵਧੀਆ ਹੈਗਾ ਉਹ ਮਤਲਬ ਬਹੁਤ ਗਿਆਨ ਰੱਖਦਾ ਹੈਗਾ ਉਹ ਕਹਿੰਦਾ ਵੀ ਅਸੀਂਆਂ ਇਹ ਚੀਜ਼ਾਂ ਲਿਖ ਗਿਆ ਵੀ ਇਹਦੇ ਉੱਤੇ ਆਪਾਂ ਜੇ ਆਪਾਂ ਕੋਈ ਕਥਾ ਵੀ ਕਰਕੇ ਦਾ ਵਿਸਤਾਰ ਦੱਸੀਏ ਤਾਂ ਵੀ ਘੰਟਾ ਲੱਗ ਸਕਦਾ ਇੱਕ ਇੱਕ ਗੀਤ ਦੇ ਉੱਤੇ ਕਈ ਕਈ ਘੰਟੇ ਲੱਗ ਸਕਦੇ ਨੇ ਵੀ ਜਿਹੜੀਆਂ ਉਹਨੇ ਗੱਲਾਂ ਲਿਖੀਆਂ ਨੇ ਗਿਆ ਕੋਈ ਛੋਟੀਆਂ ਮੋਟੀਆਂ ਚੀਜ਼ਾਂ ਨਹੀਂ ਉਹਨੇ ਲਿਖੀਆਂ ਯਾਰ ਐਨੀ ਦੁਨੀਆ ਆਉਣੀ ਲੱਖਾਂ ਦੇ ਵਿੱਚ ਕਰੋੜਾਂ ਦੇ ਵਿੱਚ ਐਨੀ ਦੁਨੀਆ ਅੱਜ ਵੀ ਉੱਥੇ ਜਹਿਆਰ 4000 ਬੰਦਾ 10000 ਬੰਦਾ ਹਰ ਸੰਡੇ ਨੂੰ ਆਉਂਦਾ ਉਹ ਇੱਕ ਆਪ ਕਲਾਕਾਰ ਨਹੀਂ ਕਹਿ ਸਕਦੇ ਬਾਈ ਜੀ ਕਲਾਕਾਰ ਤਾਂ ਬਹੁਤ ਹੋ ਹੋ ਇੱਥੇ ਵਾਕੇ ਉਹ ਤਾਂ ਇੱਕ ਕੋਈ ਐਸੀ ਰੂਹ ਆਈ ਸੀ ਜਿਨੇ ਪੂਰੀ ਦੁਨੀਆ ਪੂਰੀ ਜਵਾਨੀ ਪੂਰੀ ਗੋਰੇ ਕਾਲੇ ਨੂੰ ਹਿਲਾਉਣਾ ਸੀਗਾ ਇੱਥੇ ਸ਼ਾਇਦ ਹੀ ਮੁਸ਼ਕਲ ਹੈ ਇਹ ਜਿਆ ਦੁਬਾਰੇ ਜਨਮ ਲੈਣਾ ਕਿਉਂਕਿ ਜੋ ਉਹਦੀ ਕਲਮ ਸੀ ਜੋ ਉਹਦਾ ਮਲਾਪੜਾਪਨ ਸੀ ਪਰ ਉਹ ਉੱਠਿਆ ਕਹੇ ਜੇ ਟਿੱਬਿਆਂ ਦੇ ਵਿੱਚੋਂ ਉੱਠ ਕੇ ਉਨੇ ਪੂਰੇ ਬਾਹਰਲੇ ਗੋਰੇ ਕਾਲੇ ਵੀ ਰੋਂਣ ਲੱਗਦੇ ਤੁਸੀਂ ਆਪ ਦੇਖਿਆ ਵੀ ਗੋਰੇ ਕਾਲੇ ਰੋਏ ਨੇ ਕਿਤੇ ਰੋਏ ਨੇ ਅੱਜ ਤੱਕ ਕਿਸੇ ਕਲਾਕਾਰਾਂ ਤੇ ਕਿ ਕੋਈ ਵੱਡਾ ਕੋਈ ਨੇਤਾ ਮਰ ਜੇ ਕੋਈ ਸਾਧੂ ਸੰਤ ਮਰ ਜੇ ਕੋਈ ਨਹੀਂ ਰੋਂਦਾ ਪਰ ਗੱਲ ਇੱਥੇ ਮੁੜ ਕੇ ਫੇਰ ਮੈਂ ਤੁਹਾਨੂੰ ਕਹਿੰਦਾ ਵੀ ਇਹ ਸ਼ਰਮ ਦੀ ਗੱਲ ਇਹ ਹੈ ਵੀ ਅੱਜ ਜਮਾਤ ਦਾ ਬੰਦਾ ਕੋਈ ਨਹੀਂ ਪਹੁੰਚਿਆ ਹੈਗਾ ਅੱਛਾ ਇੱਕ ਗੱਲ ਹੋਰ ਆ ਬਾਈ ਜਦੋਂ ਜ਼ਰੂਰਤ ਸੀ ਤਾਂ ਸ਼ਾਇਦ ਇਹੀ ਮਾਨਸਹਿਰੀ ਦੇ ਲੋਕਾਂ ਮਾਨਸਹਿਰੀ ਦੇ ਕਲਾਕਾਰ ਸੀ ਉਸ ਬੰਦੇ ਨੇ ਉਹਨਾਂ ਦੇ ਸਿਰ ਤੇ ਹੱਥ ਰਿਆ ਆਪਦੀ ਬੁੱਕਲ ਦੇ ਵਿੱਚ ਬਿਠਾਏ ਅਜ ਤੋ ਤੱਕ ਕਹਿੰਦਾ ਕਿ ਹੁਣ ਸਿੱਧੂ ਮੂਸੇਵਾਲਾ ਤੁਹਾਡੇ ਨਾਲ ਆ ਕੋਈ ਤੁਹ ਤੁਸੀਂ ਉਹਨਾਂ ਦਾ ਇਹ ਸਾਹ ਦੀ ਅੱਜ ਸੀਗੀ ਕਿ ਪਈ ਦਿਖਾਓ ਤੁਸੀਂ ਨਾਲ ਨੂੰ ਜਾਂ ਨਹੀਂ ਭਾਵੇਂ ਹੋ ਸਕਦਾ ਵੀ ਫੇਸਬੁੱਕ ਦੇ ਤੌਰ ਤੇ ਨਾਲ ਹੁਣ ਪਰ ਦੇ ਸਰੀਰਕ ਤੌਰ ਤੇ ਕਿਤੇ ਦਿਸੇ ਨਹੀਂ ਮਾਨਸਾ ਜੀ ਜਿਹੜੀ ਗੱਲ ਇਹ ਗੱਲ ਹੈ ਨਾ ਉਹ ਹੈਗਾ ਸੀ ਸੂਰਮਾ ਬੰਦਾ ਉਹ ਸੀ ਜੋ ਦਾ ਉਹ ਡਰਦਾ ਨਹੀਂ ਸੀਗਾ ਇਹ ਵਿਚਾਰੇ ਦਾ ਕਲਾਕਾਰ ਨੇ ਇਹ ਤਾਂ ਗਾਣਿਆਂ ਦੇ ਵਿੱਚ ਹੀ ਸਾਰਾ ਕੁਝ ਕਰਨ ਵਾਲੇ ਨੇਗੇ ਇਹਨਾਂ ਦੇ ਇੰਨੀ ਇਹਨਾਂ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਹੈਗੀਆਂ ਸੋਨੂ ਵੀ ਪਤਾ ਹੈ ਮਾਨਸਾ ਜ਼ਿਲ੍ਹੇ ਦੇ ਜਿੰਨੇ ਕਲਾਕਾਰ ਨੇ ਹਰੇਕ ਦਾ ਉਹ ਪਿਆਰ ਕਰਦਾ ਸੀ ਹਰੇਕ ਨੂੰ ਉਹਨੇ ਇਹ ਵੀ ਕਰਿਆ ਵੀ ਅਸੀਂ ਹੱਕ ਤਾਣ ਕੇ ਪਹਿਲਾਂ ਮੈਂ ਮੂਹਰੇ ਖੜਾਂਗਾ ਬਾਕੀ ਪਹਿਲਾਂ ਮੇਰੇ ਨਾਲ ਟਕਰੋ ਫਿਰ ਤੁਸੀਂ ਬਾਅਦ ਚ ਉਹਨਾਂ ਨਾਲ ਗੱਲ ਕਰਿਓ ਹਣਾ ਪਰ ਉਹ ਇੱਕ ਮਰਦ ਸੀਗਾ ਕਹਿੰਦੇ ਆਗੇ ਸੀ ਫਕਰ ਨਾਲ ਕਹਿੰਦੇ ਆ ਮਰਦ ਸੀ ਮੇਰਾ ਚਾਹੀ ਜਿਲ੍ਹਾ ਸੰਗਰੂਰ ਆ ਪਰ ਮੈਂ ਉਹਦਾ ਬਿਲਕੁਲ ਗਵਾਂਡੀਆਂ ਮਾਲਵਾ ਸਾਡਾ ਬਿਲਕੁਲ ਨਾਲ ਆ ਗਿਆ ਮਾਨਸਾ ਦੇ ਬਾਰਡਰ ਤੇ ਸਾਡਾ ਪਿੰਡ ਆ ਗਿਆ ਅਸੀਂ ਵੀ ਉਹਦੇ ਉੱਤੇ ਫਕਰ ਕਰਦੇ ਆਂਗੇ ਸਾਨੂੰ ਵੀ ਇੱਥੇ ਆਉਂਦੇ ਨੇ ਕਿ ਮੇਰੇ ਕੋਲੇ ਬਹੁਤ ਆਉਂਦੇ ਨੇ ਹਰਿਆਣੇ ਚੋਂ ਮਹਾਰਾਸ਼ਟਰ ਚੋਂ ਯੂਪੀ ਚੋਂ ਉਹ ਆ ਕੇ ਵੀ ਪੁੱਛਦੇ ਨੇ ਕਿ ਵੀ ਇੱਥੋਂ ਮੂਸਾ ਕਿੰਨੀ ਕੁ ਦੂਰ ਹੈਗਾ ਬੜੀ ਮਾਨ ਮਹਿਸੂਸ ਹੁੰਦਾ ਪਰ ਇਹਨਾਂ ਨੂੰ ਕਿੱਥੇ ਮਾਨ ਮਹਿਸੂਸ ਕਰਨਾ ਸੀ ਪਤਾ ਨਹੀਂ ਤੇ ਇਹ ਡਰ ਕੇ ਪਤਾ ਨਹੀਂ ਇਹ ਜੇਲਸੀ ਕਰਦੇ ਸੀਗੇ ਪਤਾ ਨਹੀਂ ਕੀ ਗੱਲ ਕੀ ਨਾ ਕੋਈ ਇੱਥੇ ਪਹੁੰਚਿਆ ਨਹੀਂ ਬਹੁਤ ਵੱਡੀ ਸ਼ਰਮ ਵਾਲੀ ਗੱਲ ਮੈਂ ਬਾਰ-ਬਾਰ ਤਾਂ ਹੀ ਕਹਿ ਰਿਹਾ ਵੀ ਆਪਦੀ ਜਮਾਤ ਕੱਲ ਨੂੰ ਇਹੀ ਅੱਗੇ ਇਹਨਾਂ ਦੇ ਘਰ ਤੱਕ ਪਹੁੰਚਣਗੇ ਜੇ ਨਾ ਬੋਲੇ ਨਾ ਤੇ ਇੱਥੇ ਸਾਰਿਆਂ ਦੀ ਵਾਰੀ ਆ ਜਾਣੀ ਹੈਗੀ ਇਹ ਤੇ ਕਲਾਕਾਰਾਂ ਨੂੰ ਕੀ ਕਹਿਣਾ ਚਾਹੋਗੇ ਬਾਈ ਖਾਸ ਕਰ ਉਹਨਾਂ ਨੂੰ ਜਿਹੜੇ ਅੱਜ ਇੱਥੇ ਪਹੁੰਚੇ ਨਹੀਂ ਬਾਈ ਕਲਾਕਾਰਾਂ ਤਾਂ ਇਹੀ ਕਹਿਣਾ ਚਾਹੁੰਦੇ ਆਂਗੇ ਵੀ ਜਿਵੇਂ ਸੁਣ ਦੱਸਿਆ ਵੀ ਇਹ ਕਿਸੇ ਤੇ ਵੀ ਪਤਾ ਨਹੀਂ ਪਰਮਾਤਮਾ ਕਿਦੋਂ ਕੀਤੇ ਘੜੀ ਲਾ ਦੇ ਸਦਾ ਵੀ ਦੇਖੋ ਬਾਈ ਜੀ ਇੱਕ ਗੱਲ ਹੈ ਜਿਹੜੀ ਟਾਈਮ ਪੀਸ ਦੀ ਸੂਈ ਹੁੰਦੀ ਨੇ ਇੱਕ ਜਗ੍ਹਾ ਨਹੀਂ ਖੜਦੀ ਉਹ ਜੇ 12 ਤੇ ਖੜ ਗਈ ਹੌਲੀ ਹੌਲੀ ਜਾ ਕੇ ਉਹ 6 ਤੇ ਵੀ ਆ ਜੂਗੀ 7 ਤੇ ਵੀ ਆਈ 8 ਤੇ ਇਹ ਇਹਨਾਂ ਦੀਆਂ ਸੂਈਆਂ ਇੱਥੇ ਨਹੀਂ ਖੜੀਆਂ ਨਹੀਂ ਇਹਨਾਂ ਦੇ ਖੜੀਆਂ ਰਹਿਣੀਆਂ ਜਿੱਥੇ ਸੋਚਦੇ ਨਹੀਂ ਵੀ ਅਸੀਂ ਖੜੇ ਆਂਗੇ ਪਰ ਮੈਂ ਇਹਨਾਂ ਨੂੰ ਇਹੀ ਇੱਕ ਸੋਡੇ ਚੈਨਲ ਦੁਆਰਾ ਇਹ ਕਹਿਣਾ ਅਪੀਲ ਲਾ ਲੋ ਦੇ ਭਰਾ ਦਾ ਕੋਈ ਮਸ਼ਵਰਾ ਲਾ ਲੋ ਵੀ ਮੋਢੇ ਨਾਲ ਮੋਢਾ ਲਾ ਕੇ ਖੜੋ ਜੇ ਖਾਸ ਕਰਕੇ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਨੂੰ ਖੜਨਾ ਚਾਹੀਦਾ ਹੈਗਾ ਜੇ ਖੜਨਗੇ ਇਕੱਠੇ ਹੋਣਗੇ ਤਾਂ ਇਹ ਕੋਈ ਨਾ ਕੋਈ ਇਹ ਚੀਜ਼ਾਂ ਨੂੰ ਠੱਲ ਪੈ ਜੂਗੀ ਜੇ ਇਸੇ ਤਰ੍ਹਾਂ ਰਹਿਣਗੇ ਤੇ ਇਹ ਐਵੇਂ ਚੱਲਦਾ ਰਹੂ ਪੰਜਾਬ ਦੇ ਵਿੱਚ ਕਦੇ ਖਤਮ ਨਹੀਂ ਹੋਣਾ ਹੈਗਾ ਇਹ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਸਾਰਾ